ਜੇ ਚੰਗਾ ਲੱਗੇ ਤਾਂ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ, ਨਹੀਂ ਚੰਗਾ ਲੱਗੇ ਤਾਂ ਕਮੈਂਟਾਂ ਦੱਸ ਦਿਓ। ਥੈਂਕਸ ਯੂਟਿਊਬ ਵਾਲਿਓ। ਜਿਹਦੇ ਸਿਰ ਤੇ ਪਿਓ ਦਾ ਵਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ, ਜਿਹਦੇ ਸਿਰ ਤੇ ਪਿਓ ਦਾ ਵਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ। ਸਾਲਾ ਆਪਣੇ ਹੀ ਨਿਆਣੇ ਦੀ ਤਾਰੀਫ ਕਰਨ ਕਹਿਣ ਵੀ ਸਾਡਾ ਵੀ ਨਿਆਣਾ ਤਾਰੀਫ ਦੇ, ਪੰਜ ਸਾਲ ਬਾਅਦ ਦੀ ਗੱਲਬਾਤ ਕਰਨ ਸਮਝਾਂਗੇ ਕਿੱਥੋਂ ਗੱਲਬਾਤ। ਉਹਦੇ ਕੋਲ ਤਾਂ ਸੀਗੇ ਸਾਲੇ 20 ਲੱਖ, ਪਿਓ ਨੇ ਭੇਜ ਦਿੱਤਾ ਕੈਨੇਡਾ ਵੇ ਮੈਨੂੰ ਯਾਰ। ਉਹਦੇ ਕੋਲ ਸੀਗੇ ਸਾਲੇ 40 ਲੱਖ, ਉਹਨੇ ਮੁੰਡੇ ਨੂੰ ਭੇਜਤਾ ਅਮਰੀਕਾ ਵਿੱਚ ਯਾਰ। ਪਰ ਜਿਹਦੇ ਸਿਰ ਤੇ ਪਿਓ ਦਾ ਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ, ਪਰ ਜਿਹਦੇ ਪਿਓ ਦਾ ਸਿਰ ਤੇ ਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ। ਹੁਣ ਇਨਸਾਨ ਨੂੰ ਇਨਸਾਨ ਬਣਾਇਆ ਨਹੀਂ, ਗੱਲਬਾਤ ਵਿੱਚ ਕੋਈ ਆਇਆ ਨਹੀਂ, ਹੁਣ ਕਿਸੇ ਨੇ ਹੱਥ ਫੜਾਇਆ ਨਹੀਂ, ਸਮੇਂ ਨੇ ਹੱਥ ਦਿਖਾਇਆ ਨਹੀਂ। ਹੁਣ ਇੱਕੋ ਬਿਮਾਰੀ ਵੇ ਸਮਝਿਆ ਬਜਾਰ, ਕਹਿਣ ਨੂੰ ਸਾਰੇ ਵੇ ਹੁੰਦੇ ਇਨਸਾਨ, ਪਰ 25 ਸਾਲ ਦੀ ਜ਼ਿੰਦਗੀ ਬਰਬਾਦ, ਕਹਿਣ ਵੇ ਤੇਰੇ ਕੋ ਹੋਣਾ ਨੀ ਜਾ। ਜਿਹਨੇ ਪਿਓ ਦੇ ਵੀ ਸਿਰ ਦਾ ਵਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ, ਜਿਹਦੇ ਸਿਰ ਤੇ ਵੀ ਪਿਓ ਦਾ ਵਸਾਇਆ ਨਹੀਂ ਉਹਦੀ ਕੀ ਸਮਝੋਗੇ ਗੱਲਬਾਤ, ਜਿਹਦੇ ਸਿਰ ਦੇ ਵੀ ਪਿਓ ਦਾ ਵਸਾਇਆ ਨਹੀਂ ਉਹਨੇ ਕੀ ਸਮਝੋਗੇ ਗੱਲਬਾਤ। ਹੁਣ ਕਈਆਂ ਨੇ ਵੀ ਮਾੜਾ ਵੀ ਕਹਿਣਾ ਵੀ ਕਹਿ ਕੇ ਵਿਚਾਰੇ ਵੀ ਜਾਣਾ ਵੀ ਬਾਹਰ, ਹੁਣ ਕਈਆਂ ਨੇ ਸਮਝਾਉਣਾ ਕੋਈ ਨਹੀਂ ਆਉਣਾ, ਪਰ ਸਮਝਾਉਣਾ ਕੀ ਹੈ ਮਿਲਿਆਰ। ਹੁਣ ਜਿਹਦੇ ਕੋਲ ਪੈਸਾ ਸ਼ਿਕਾਰ ਕਰੇ, ਜਿਹਦੇ ਕੋਲ ਪੈਸਾ ਬਿਮਾਰ ਕਰੇ, ਪਰ ਜਿਹਦੇ ਸਿਰ ਨੇ ਪਿਓ ਦਾ ਸਾਇਆ ਨਹੀਂ ਉਹਨੂੰ ਕੀ ਸਮਝੋਗੇ ਤਸਯਾਰ। ਹੁਣ ਸਿੰਗਲ ਤੇ ਮਾਂ ਕਲੀ ਗਏ, ਹੁਣ ਮੈਂਟਲੀ ਅਪਸੈਟ ਬੇਜਾਰ, ਹੁਣ ਅੰਮ੍ਰਿਤਸਰ ਤੋਂ ਦੁਬਈ ਲੈ ਆਵੇ ਮੁੰਡਾ ਤੇ ਹਾੜੀ ਤੇ ਹਰ ਰੋਜ਼ ਲਾਵੇ, ਗੱਲਾਂ ਵੀ ਖਲੋਤਾ ਕਰਦਿਆਂ ਦਾ ਬੱਚਾ ਕੀ ਕਰੇ ਜਿਹਦੇ ਵੀ ਗੱਲਬਾਤ ਆਵੇ, ਉਸੇ ਤੇ ਵੀ ਪਿਓ ਦਾ ਵਸਾਇਆ ਨਹੀਂ ਤੂੰ ਕੀ ਸਮਝੋਗੇ ਗੱਲਬਾਤ, ਜਿਹਦੇ ਸਿਰ ਤੇ ਵੀ ਪਿਓ ਦਾ ਵਸਾਇਆ ਨਹੀਂ ਉਹਦੇ ਕੀ ਸਮਝੋਗੇ ਗੱਲਬਾਤ। ਕੋਈ ਅਮਰੀਕਾ ਤੋਂ ਫੋਨ ਲਗਾਉਂਦਾ ਕਹਿੰਦਾ ਸੋਹਣਿਆ ਵੀ ਤੂੰ ਕਿਉਂ ਪਛਤਾਉਂਦਾ, ਹੁਣ ਮੇਰੇ ਵੀ ਕੋਲ ਵੀ ਸ਼ੰਕਰ ਜੀ ਨੂੰ ਇੱਕੋ ਹੀ ਆ ਮੇਰੇ ਗੁਰਦਾਸ, ਮੈਨੂੰ ਲੈ ਜੂ ਗੱਲਬਾਤ, ਜਿਹਦੇ ਸਿਰ ਦੇ ਵੀ ਪਿਓ ਦਾ ਵਸਾਇਆ ਨਹੀਂ ਤੁਸੀਂ ਕੀ ਸਮਝੋਗੇ ਗੱਲਬਾਤ, ਜਿਹਦੇ ਸਿਰ ਦੇ ਵੀ ਪਿਓ ਦਾ ਵਸਾਇਆ ਨਹੀਂ।